नई और ताज़ा खबरें देखने के लिए हमारे YouTube चैनल माझा लाइव टीवी को सब्सक्राइब करें। बीती देर रात बटाला निवासी राहुल की गड्डी कस्बा भागोवाल के नज़दीक दरखत नाल टकराई मिली और राहुल की लाश उसकी गड्डी कोल पई हुई मिली। जानकारी मिलते ही उसके परिवारक मैंबर मौके पर पुजे और पुलिस को जानकारी दिती। पुलिस ने मौके पर पुज के लाश को कब्जे में लैके परिवारक मैंबर के बयान के आधार पर मामला दर्ज करके अगली कार्रवाई शुरू कर दी है। परिवारक मैंबर का कहना है कि उन्होंने राहुल की गड्डी नाल कोई हादसा नहीं होया बल्कि उसका कतल किया गया है। उसकी हत्या कर उसनू हादसे का रूप दिता गया है अते जो उस नाल गड्डी ते सवार होके नाल गए सी उन्हां तो सख्ती नाल पुछगिछ होनी चाहीदी है अते सारी सच्चाई सामने आ जाएगी। मैनू ना अपने 10:30 बजे ना फोन आया हैगा एक कि तुहानू एक फोटो पाई है ते फोटो चैक करियो कि आपां मंडी दा कारोबार आ साडा आपां मंडी दा कारोबार करदे आ ते तुहानू फोटो आई है ते एक फोटो चैक करियो ते मंडी दा बंदा वा कोई ते आपां फोटो चैक कीती उस फोटो नू वेख्या ਤੇ ਉਹ ਮੇਰਾ ਬ੍ਰਦਰ ਹੀਗਾ ਤਾਏ ਜੀ ਦਾ ਤਾਇਆ ਜੀ ਦਾ ਲੜਕਾ ਮੇਰੇ ਦਾ ਕੀ ਨਾਮ ਤੇ ਉਹਨਾਂ ਦਾ ਨਾਂ ਰਾਹੁਲ ਕੁਮਾਰ ਸੀਗਾ ਕਿੰਨੀ ਉਮਰ ਉਹਨਾਂ ਦੀ ਹੈਗੀ ਜੀ 32 ਸਾਲ ਉਮਰ ਹੀ ਹੈ 31 ਤੋਂ 32 ਸਾਲ ਉਮਰ ਆ ਉਹਨਾਂ ਦੀ ਤੇ ਉਹ ਇੱਥੋਂ ਗਏ ਨੇ ਸ਼ਾਮ ਦੀ ਗੱਲ ਦੱਸ ਰਹੇ ਨੇ ਲੋਕ ਕਿ ਇੱਥੋਂ ਬੱਸ ਸਟੈਂਡ ਤੋਂ ਬਹਿ ਕੇ ਗਏ ਨੇ ਮੁੰਡਿਆਂ ਦੇ ਨਾਲ ਗੱਡੀ ਦੇ ਵਿੱਚ ਤੇ ਜਦੋਂ ਫੋਨ ਆਇਆ ਤੇ ਆਪਾਂ ਫੋਨ ਦੇ ਵਿੱਚ ਵੇਖੀ ਫੋਟੋ ਤੇ ਉਹਨਾਂ ਦੀ ਨਾ ਡੈੱਡ ਬੋਡੀ ਦੇਖੀ ਆਪਾਂ ਤੇ ਬਾਅਦ ਵਿੱਚ ਤੁਹਾਨੂੰ ਮਗਰੋਂ ਫੋਨ ਆਇਆ ਇੱਕ ਕਿ ਭਾਅ ਜੀ ਇਹ ਨਾ ਆਪਣੇ ਇੱਥੇ ਭਾਗੋਵਾਲ ਦੇ ਲਾਗੇ ਐਕਸੀਡੈਂਟ ਹੋਇਆ ਵਾ ਅਤੇ ਤੁਹਾਡਾ ਬ੍ਰਦਰ ਵਾ ਅਤੇ ਤੁਸੀਂ ਵੈਰੀਫਾਈ ਕੀਤਾ ਵਾ ਤੁਹਾਨੂੰ ਮੁਲਾਜ਼ਮਾਂ ਨੇ ਦੱਸਿਆ ਵਾ ਹਾਂਜੀ ਆਪਾਂ ਕਹਿੰਦੇ ਦੱਸਿਆ ਜੀ ਸਾਨੂੰ ਅਤੇ ਆਪਾਂ ਉਸ ਜਗ੍ਹਾ 'ਤੇ ਜਾ ਕੇ ਵੇਖਣਾ ਹੀ ਗਾ ਹਾਲੇ ਅਤੇ ਸਾਨੂੰ ਪਹਿਲਾਂ ਹੀ ਸਾਰੇ ਆ ਗਏ ਇੱਕ ਮੈਸੇਜ ਆ ਗਏ ਪੁਲਿਸ ਵਾਲੇ ਆ ਗਏ ਸਾਡੇ ਕੋਲ ਸਾਨੂੰ ਕਹਿੰਦੇ ਕਿ ਤੁਹਾਡੇ ਬ੍ਰਦਰ ਦੀ ਇੱਦਾਂ ਡੈਥ ਹੋ ਗਈ ਆ ਅਤੇ ਜਿਹੜੇ ਨਾਲ ਹੀਗੇ ਮੁੰਡੇ ਉਹਨਾਂ ਨੂੰ ਇਹਨਾਂ ਨੇ ਇੰਨਾ ਵੀ ਨਹੀਂ ਕੀਤਾ ਹੈਗਾ ਕਿ ਚਲੋ ਜੇ ਨਾਲ ਗਏ ਹੋ ਤੁਸੀਂ ਉਹਨੂੰ ਲੈ ਕੇ ਗਏ ਹੋ ਅਤੇ ਉਹਨੂੰ ਹੋਸਪਿਟਲ ਤੱਕ ਪਹੁੰਚਾਓ ਜਾਂ ਕਿ ਉਹਨੂੰ ਐਂਬੂਲੈਂਸ 'ਚ ਭੇਜ ਦਿਓ ਤੁਸੀਂ ਹੋਸਪਿਟਲ ਆਪ ਨਹੀਂ ਗਏ ਤਾਂ ਚਲੋ ਤੁਸੀਂ ਐਂਬੂਲੈਂਸ ਬੁਲਾ ਕੇ ਉਹਨੂੰ ਭੇਜ ਦਿਓ ਅਤੇ ਉਹਨਾਂ ਨੇ ਇੰਨਾ ਵੀ ਨਹੀਂ ਕੀਤਾ ਹੈਗਾ ਉਹ ਸਾਰੇ ਮਤਲਬ ਕਿ ਉੱਥੋਂ ਭਗੋਰੇ ਹੋ ਗਏ ਨੇ ਉਹ ਭੱਜ ਗਏ ਨੇ ਅਤੇ ਸਾਨੂੰ ਤਾਂ ਲੱਗਦਾ ਵਾ ਕਿ ਇਸ ਘਟਨਾ ਦਾ ਇਹ ਹੀ ਆ ਕਿ ਇਹਨਾਂ ਦਾ ਕਤਲ ਕਰਕੇ ਮੁੰਡੇ ਦਾ ਉਹਨੂੰ ਗੱਡੀ ਦੇ ਵਿੱਚ ਪਾ ਕੇ ਅਤੇ ਗੱਡੀ ਪੇੜ ਦੇ ਨਾਲ ਟਕਰਾ ਤੀ ਆ ਅਤੇ ਉਹਨੂੰ ਐਕਸੀਡੈਂਟ ਦੱਸਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਾਂ ਪੁਲਿਸ ਪ੍ਰਸ਼ਾਸਨ ਅੱਗੇ ਆਹੀ ਬੇਨਤੀ ਕਰ ਰਹੇ ਹਾਂ ਕਿ ਵੈਰੀਫਾਈ ਕਰਕੇ ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਅਤੇ ਸਾਨੂੰ ਇਨਸਾਫ਼ ਦਵਾਇਆ ਜਾਏ। ਪਿੰਡ ਭਾਗੋਵਾਲ ਕ੍ਰੋਸ ਕਰਕੇ ਜਿਹੜਾ ਇੱਕ ਹਾਦਸਾ ਵਾਪਰਿਆ ਸੀਗਾ ਉਸ ਹਾਦਸੇ ਸੰਬੰਧੀ ਨੀਰਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਟਾਲੇ ਦੇ ਰਹਿਣ ਵਾਲੇ ਆ ਉਹਨਾਂ ਨੇ ਸਾਡੇ ਕੋਲ ਇੱਕ ਕਿਲ੍ਹਾ ਲਾਲ ਸਿੰਘ ਵਾਲੇ ਬਿਆਨ ਲਿਖਵਾਇਆ ਕਿ ਉਹ ਆਪਣੇ ਕੰਮਕਾਰ ਸੰਬੰਧੀ ਕਲੈਸ਼ਨ ਕਰਕੇ ਕਲਾਨੌਰ ਤੋਂ ਕਿਲ੍ਹਾ ਲਾਲ ਸਿੰਘ ਵਾਲੇ ਨੂੰ ਆ ਰਹੇ ਸੀਗੇ। ਇੱਕ ਜਿਹੜੀ ਸੈਂਟਰੋ ਕਾਰ ਜਿਹੜੀ ਬਹੁਤ ਹੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰੀ ਨਾਲ ਇੱਕ ਕੋਈ ਪਰਸਨ ਜਿਹੜਾ ਇਹਨਾਂ ਦੇ ਕੋਲ ਦੀ ਚਲਾ ਕੇ ਪਹਿਲਾਂ ਲੰਘਦਾ ਆ ਮੁੜ ਕੇ ਥੋੜ੍ਹੇ ਸਮੇਂ ਬਾਅਦ ਜਦੋਂ ਇਹ ਆਣ ਕੇ ਦੇਖਦੇ ਆ ਵੀ ਕਾਰ ਜਿਹੜੀ ਇੱਕ ਦਰਖਤ ਨਾਲ ਟਕਰਾਈ ਹੋਈ ਸੀ। ਜਦੋਂ ਇਹਨਾਂ ਨੇ ਦੇਖਿਆ ਉਸ ਕਾਰ ਨੂੰ ਵਿਸ਼ਾਲ ਕੁਮਾਰ ਜਿਹੜਾ ਚਲਾ ਰਿਹਾ ਸੀਗਾ ਜਦੋਂ ਇਹਨਾਂ ਨੇ ਗਾਂਹ ਅੱਗੇ ਜਦ ਦੇਖਿਆ ਵੀ ਕਾਰ ਬੁਰੀ ਤਰ੍ਹਾਂ ਜਿਹੜੀ ਹਾਦਸਾਗ੍ਰਸਤ ਹੋਈ ਸੀ ਅਤੇ ਕਾਰ ਦੇ ਵਿੱਚ ਇਹਨਾਂ ਦਾ ਬ੍ਰਦਰ ਜਿਹੜਾ ਆ ਖੂਨ ਨਾਲ ਲੱਥਪੱਥ ਹੋਇਆ ਜ਼ਖਮੀ ਹਾਲਤ ਵਿੱਚ ਪਿਆ ਸੀ ਰਾਹੁਲ ਕੁਮਾਰ ਔਰ ਉਹ ਜਿਹੜਾ ਵਿਸ਼ਾਲ ਕੁਮਾਰ ਆ ਮੌਕਾ ਤੋਂ ਜਿਹੜਾ ਭੱਜ ਜਾਂਦਾ ਇਹਨਾਂ ਦੇ ਕਹਿਣ ਦੇ ਬਾਵਜੂਦ ਇਹਨਾਂ ਦੇ ਬਿਆਨ ਤੱਕ ਜਿਹੜਾ ਵਿਸ਼ਾਲ ਕੁਮਾਰ ਉੱਥੋਂ ਮੌਕਾ ਤੋਂ ਭੱਜ ਗਿਆ ਜਿਹੜਾ ਰਾਹੁਲ ਕੁਮਾਰ ਸੀ ਇਹਨਾਂ ਦਾ ਬ੍ਰਦਰ ਇਹਨਾਂ ਦੇ ਹੱਥਾਂ ਦੇ ਵਿੱਚ ਅਤੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਦਮ ਤੋੜ ਗਿਆ ਇਹਨਾਂ ਨੇ ਉਹ ਬਿਆਨ ਲਿਖਾਇਆ ਅਤੇ ਅਸੀਂ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ 304 IPC ਦੇ 120B ਦੇ ਵਿੱਚ ਜਿਹੜਾ ਮੁਕੱਦਮਾ ਇੱਥੇ ਕਿਲ੍ਹਾ ਲਾਲ ਸਿੰਘ ਵਾਲੇ ਦਰਜ ਕੀਤਾ ਅਤੇ ਅਸੀਂ ਜਿਹੜਾ ਉਹ ਵਿਸ਼ਾਲ ਕੁਮਾਰ ਜਾਂ ਉਹਦੀ ਕੋਈ ਵੀ ਹੋਰ ਮਦਦ ਕਰਨ ਵਾਲਾ ਇਸ ਹਾਲ ਦੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ। ਬਟਾਲਾ ਤੋਂ ਮਨਪ੍ਰੀਤ ਮਨ ਦੇ ਨਾਲ ਜਸਵਿੰਦਰ ਬੇਦੀ ਦੀ ਰਿਪੋਰਟ। ਨਈ ਔਰ ਤਾਜ਼ਾ ਖਬਰੇਂ ਦੇਖਣੇ ਕੇ ਲੀਏ ਹਮਾਰੇ YouTube ਚੈਨਲ ਮਾਝਾ ਲਾਈਵ ਟੀਵੀ ਕੋ ਸਬਸਕ੍ਰਾਈਬ ਕਰੇਂ।